ਲੁਧਿਆਣਾ ਵਿਖੇ ਆਲ ਇੰਡੀਆ ਰੰਗਰੇਟਾ ਦਲ ਵੱਲੋਂ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਤੋਂ ਆਈਆਂ ਹੋਈਆਂ ਜਥੇਬੰਦੀਆਂ ਵੱਲੋਂ ਹਿੱਸਾ ਲਿਆ ਗਿਆ ਅਤੇ ਜਿਸ ਦੀ ਪ੍ਰਧਾਨਗੀ ਅਵਤਾਰ ਸਿੰਘ ਖਾਲਸਾ ਵੱਲੋਂ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਜਗਤਾਰ ਸਿੰਘ ਧਨੌਲਾ ਨੇ ਦੱਸਿਆ ਕਿ ਆਲ ਇੰਡੀਆ ਰੰਗਰੇਟਾ ਦਲ ਦੀ ਬੈਠਕ ਲੁਧਿਆਣਾ ਵਿਖੇ ਕੀਤੀ ਗਈ ਹੈ। ਉਹਨਾਂ 2019 ਦੇ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਉਹਨਾਂ ਦੀ ਕਮਿਊਨਿਟੀ ਨੂੰ ਕਿਸੇ ਤਰ੍ਹਾਂ ਦਾ ਕੋਈ ਮਾਨ ਸਤਿਕਾਰ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਕਰ ਸਰਕਾਰ ਉਹਨਾਂ ਨੂੰ ਅਣਦੇਖਾ ਕਰੇਗੀ ਤਾਂ ਆਉਣ ਵਾਲੇ ਸਮੇਂ 'ਚ ਸਰਕਾਰ ਨੂੰ ਵੀ ਉਸਦਾ ਨਤੀਜਾ ਦਿਖਾ ਦਿੱਤਾ ਜਾਵੇਗਾ। ਜਗਤਾਰ ਸਿੰਘ ਧਨੌਲਾ, ਡਿਸਟ੍ਰਿਕਟ ਬਰਨਾਲਾ, ਰੰਗਰੇਟਾ ਦਲ ਮੀਤਪੁਰ। ਅੱਜ ਮੀਟਿੰਗ ਇਸੇ ਕਰਕੇ ਕੀਤੀ ਹੈ ਵੀ ਸਾਡੇ ਭਾਈਚਾਰੇ ਨੂੰ ਬੇਗੌਰ ਕੀਤਾ ਗਿਆ। ਅੱਜ ਜਿਹਦੇ ਵਿੱਚ ਸਾਡਾ ਐਸੀ ਭਾਈਚਾਰੇ ਦੀਆਂ ਦੋ ਟਿਕਟਾਂ ਬਣਦੀਆਂ ਸੀ, ਅੱਜ ਜਿਹਦੇ ਵਿੱਚ ਸਾਨੂੰ ਬਿਲਕੁਲ ਖਤਮ ਕਰਤਾ। ਇਸ ਲਈ ਅੱਜ ਅਸੀਂ ਇੱਥੇ ਮੀਟਿੰਗ ਰੱਖੀ ਆ ਸਾਰੇ ਸਮੁੱਚੇ ਭਾਈਚਾਰੇ ਨੇ ਵੀ ਜੇ ਸਾਡੀ ਕੋਈ ਮੰਗ ਨਹੀਂ ਮੰਨੀ ਗਈ ਅਸੀਂ ਭਾਈਚਾਰਾ ਕਾਂਗਰਸ ਪਾਰਟੀ ਨਾਲ ਨਹੀਂ ਚੱਲੂਗਾ। ਸਰਕਾਰ ਇਸ ਗੱਲ ਨੂੰ ਜ਼ਰੂਰ ਗੰਭੀਰਤਾ ਦੇ ਨਾਲ ਸੋਚੇ ਵੀ ਅਸੀਂ ਵਾਲਮੀਕਿ ਔਰ ਮਜ਼੍ਹਬੀ ਸਿੱਖ ਕੌਮ ਨੂੰ ਅਸੀਂ ਕੀ ਦੇਣਾ, ਕੀ ਉਹਨਾਂ ਬਾਰੇ ਸੋਚਿਆ, ਇਸ ਦਾ ਸਾਨੂੰ ਜਲਦੀ ਇਸ ਦੇ ਬਾਰੇ ਕੋਈ ਵਰ ਜਵਾਬ ਸਰਕਾਰ ਦੇਵੇ। ਅਸੀਂ ਤਕਰੀਬਨ ਪਹਿਲੇ ਦਿਨੋਂ ਤੋਂ ਹੀ ਸਮਰਥਨ ਕਾਂਗਰਸ ਪਾਰਟੀ ਦਾ ਹੀ ਕਰਦੇ ਹਾਂ, ਕਾਂਗਰਸ ਦੇ ਨਾਲ ਹੀ ਜੁੜੇ ਹਾਂ। ਇੱਕ ਪਾਸੇ ਕਾਂਗਰਸ ਕਹਿੰਦੇ ਆ ਵੀ ਮਜ਼ਦੂਰ ਸਾਡੀ ਰੀੜ੍ਹ ਦੀ ਹੱਡੀ ਹੈ, ਇੱਕ ਪਾਸੇ ਕਾਂਗਰਸ ਸਰਕਾਰ ਨੇ ਸਾਨੂੰ ਘਿਓ 'ਚੋਂ ਜਿਵੇਂ ਵਾਲ ਕੱਢ ਕੇ ਸਿੱਟੀ ਦਾ ਇਸ ਤਰ੍ਹਾਂ ਕੱਢ ਕੇ ਸਿੱਟਤਾ, ਇੱਕ ਪਾਸੇ ਸਾਨੂੰ ਕਿਉਂ ਨਾ ਸਾਨੂੰ ਬਣਦਾ ਹੱਕ ਦਿੱਤਾ। ਅਸੀਂ ਤਾਂ ਇੱਕੋ ਹੀ ਬੇਨਤੀ ਕਰਦੇ ਹਾਂ ਵੀ ਸਰਕਾਰ ਸਾਨੂੰ ਬਣਦਾ ਹੱਕ ਜ਼ਰੂਰ ਦੇਵੇ, ਸਾਨੂੰ ਅਣਗੌਲਿਆ ਨਾ ਕਰੇ। ਜੇ ਅਗਰ ਅਣਗੌਲਿਆ ਕਰਦੀ ਹੈ ਤਾਂ ਸਰਕਾਰ ਆਉਣ ਬਾਰੇ ਅਗਲੀ ਪਲਾਨ ਦੇ ਵਿੱਚ ਸੋਚਣ ਵਾਸਤੇ ਮਜਬੂਰ ਹੋ ਜਾਊਗੀ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਸਾਨੂੰ ਬਣਦਾ ਹੱਕ ਜ਼ਰੂਰ ਦਿੱਤਾ ਜਾਵੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।